biscuit ajo biscuit aap kehri hai ye paak vich kitte tak ho gaya bhai jagah bahut tak kar lo maade maade idhar aao inko bhejo ਇਸ ਤਰ੍ਹਾਂ ਵੀ ਇਹ ਪਿਛਲੇ ਮਹੀਨੇ 27-5 ਨੂੰ ਸਾਡੇ ਭੋਲੂਆ ਰੋਡ ਤੇ ਬੜੀ ਬੜੀ ਚੋਰੀ ਹੋਈ ਸੀ ਜਿਸ ਵਿੱਚ 2 ਲੱਖ ਰੁਪਇਆ ਕੈਸ਼ 5-6 ਤੋਲੇ ਸੋਨਾ ਸੀਗਾ ਚਾਂਦੀ ਦੇ ਗਹਿਣੇ ਸੀ ਹੋਰ ਸਮਾਨ ਸੀਗਾ ਸੋ ਇਹ ਸਾਡੇ ਜਿਹੜੇ ਇੰਸਪੈਕਟਰ ਸਾਹਿਬ ਨੇ ਰੇਸ਼ ਕੁਮਾਰ ਜੀ ਇਸ ਤੋਂ ਸਿਟੀ ਵੀਕੋਟ ਬੜੀ ਬੜੀ ਨੂੰ ਕਾਮਯਾਬ ਮਿਲੀ ਹੈ ਇਹਨਾਂ ਨੇ ਜਿਹੜਾ ਦੋਸ਼ੀ ਹੈ ਮੇਨ ਉਹ ਬੇਗਮ ਜੀ ਨੂੰ ਫੜ ਲਿਆ ਹੈਗਾ ਔਰ ਉਹਦੇ ਕੋਲੋਂ ਸਾਰੀ ਜਿਹੜੀ ਚੋਰੀ ਦੀ ਸਮਾਨ ਕਵਰ ਹੋ ਗਿਆ 2 ਲੱਖ ਰੁਪਇਆ ਕੈਸ਼ ਹੈਗਾ 5 ਤੋਲੇ ਸੋਨਾ ਹੈ 20 ਤੋਲੇ ਚਾਂਦੀ ਹੈ ਹੋਰ ਸਮਾਨ ਵੀ ਹੈਗਾ ਸੋ ਉੱਥੋਂ ਇਹ ਬੜੀ ਵੱਡੀ ਦੀ ਕਾਮਯਾਬੀ ਹੈ ਕਿਉਂਕਿ ਸ਼ਹਿਰ ਵਿੱਚ ਚੋਰੀਆਂ ਬਹੁਤ ਹੁੰਦੀਆਂ ਚੋਰ ਵੀ ਫੜੇ ਜਾਂਦੇ ਨੇ ਪਰ ਇੰਨੀ ਰਿਕਵਰੀ ਨਹੀਂ ਹੁੰਦੀ ਸੋ ਕਰੀਬ 6 ਲੱਖ ਦੇ ਕਰੀਬ ਸਾਰੀ ਅਮਾਊਂਟ ਰਿਕਵਰੀ ਕੀਤੀ ਹੈ ਸੋ ਇਹ ਰਜੇਸ਼ ਕੁਮਾਰ ਨੇ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਇਸ ਤੋਂ ਇਲਾਵਾ ਪਹਿਲਾਂ ਵੀ ਇਹਨੇ 2 ਦਿਨ ਪਹਿਲਾਂ ਵੀ ਜਿਹੜੀਆਂ ਸ਼ਹਿਰ 'ਚ ਨਿੱਕੀਆਂ ਮੋਟੀਆਂ 4-5 ਚੋਰੀਆਂ ਹੋਈਆਂ ਸੀਗੀਆਂ ਉਹ ਵੀ ਸਾਰੇ ਟ੍ਰੇਸ ਕਰ ਲਿਆ ਨੇ ਸਰ ਉਹ ਸਰ ਇਹ ਕਿਵੇਂ ਚੋਰੀ ਹੋਈ ਕਿਸ ਘਰ 'ਚ ਚੋਰੀ ਹੋਈ ਸੀ ਸਰ ਕਿਸ ਤਰ੍ਹਾਂ ਚੋਰੀ ਇਹ ਲੋਕਲ ਚੋਰੀ ਹੈ ਉਹ ਬੰਦੇ ਕਿਤੇ ਲਾਕਡਾਊਨ ਸੀਗਾ ਕਿਤੇ ਗਏ ਸੀ ਬਾਹਰ ਪਿੱਛੋਂ ਨੇ ਜਿਹੜਾ ਅੰਦਰ ਆਪਣਾ ਵੜ ਕੇ ਚੋਰੀ ਕੀਤੀ ਹੈ ਅਤੇ ਉਹ ਸੋਨਾ ਸਾਰਾ ਸਮਾਨ ਲੈ ਗਿਆ ਸੀ ਤਾਂ ਸਾਰਾ ਜਿਹੜੀ ਰਿਕਵਰੀ ਕਰਵਾ ਲਈ ਗਈ ਹੈ ਪ੍ਰੋਫਾਈਲ ਕਿਸੇ ਸਰ ਜਿੰਨਾ ਘਰ ਚੋਰੀ ਹੋਈ ਹੈ ਉਹ ਨੋਰਮਲ ਪਰਿਵਾਰ ਹੈ ਤਾਂ ਬਹੁਤਾ ਨੋਰਮਲ ਬੰਦੇ ਹੈਗੇ ਨੇ ਮਿਡਲ ਕਲਾਸ ਫੈਮਲੀ ਹੈਗੀ ਕਿੰਨੇ ਬੰਦੇ ਚੋਰ ਇੱਕ ਫੜੇਗਾ ਇੱਕ ਚੋਰ ਫੜੇਗਾ ਅਤੇ ਇਹਦੇ ਵਿੱਚ ਜਿਹੜਾ ਅਸੀਂ ਇੱਥੋਂ ਹੁਣ ਇਹਦਾ ਰਿਮਾਂਡ ਲੈ ਕੇ ਕਿ ਤੁਸੀਂ ਕਰਾਂਗੇ ਵੀ ਹੋਰ ਜਿਹੜਾ ਇੱਕ ਹੋਰ ਚੋਰੀ ਕੀਤੀ ਜਾਂ ਹੋਰ ਕ੍ਰਾਈਮ ਕੀਤਾ ਜਿੰਨਾ ਕਦੇ ਪਤਾ ਲੱਗਿਆ ਇਹਦੇ ਪਹਿਲਾਂ ਦਰਜ ਇੱਕ ਤੋਂ ਮੁਕਦਮਾ ਹੈਗਾ ਸੋ ਅਸੀਂ ਇਹਦੀ ਰਿਮਾਂਡ ਲੈ ਕੇ ਪੂਰੀ ਡੰਗਾਈ ਨਾਲ ਤਫਤੀਸ਼ ਕਰਾਂਗੇ ਫਰੀਦਕੋਟ ਦਾ ਹੀ ਹੈ ਬਾਹਰ ਦਾ ਫਰੀਦਕੋਟ ਦਾ ਲੋਕਲ ਉਸੇ ਲਗੰਟੀ ਦਾ ਲਗਭਗ ਰਹਿਣ ਵਾਲਾ ਬੰਦਾ ਹੈਗਾ ਅਤੇ ਨੈਚਰ ਦੀ ਪਹਿਲੇ ਇਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਤਾਂ ਇਹਨੂੰ ਗ੍ਰਿਫਤਾਰੀ ਪਾਈਏ ਅਸੀਂ ਮਾਣ ਲੈ ਕੇ ਤੁਸੀਂ ਕਰਾਂਗੇ ਵੀ ਕਿਵੇਂ ਰੈਕੀ ਕੀਤੀ ਕਿਵੇਂ ਇਹਦੇ ਨਾਲ ਉਹ ਸਾਥੀ ਹੈ ਜਾਂ ਨਹੀਂ ਹੈ ਇਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਜੋਤਿਸ਼ ਆਰ ਕੇ ਸ਼ਾਸਤਰੀ ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ 72 ਘੰਟਿਆਂ ਵਿੱਚ ਘਰ ਬੈਠੇ ਹਰ ਤਰ੍ਹਾਂ ਦਾ ਸਮਾਧਾਨ ਵਸ਼ੀਕਰਨ ਕਰਨਾ ਜਾਂ ਤੋੜਨਾ ਪਿਆਰ ਵਿੱਚ ਧੋਖਾ ਲਵ ਮੈਰਿਜ ਪਤੀ ਪਤਨੀ ਵਿੱਚ ਅਣਬਣ ਸੌਤਨ ਦੁਸ਼ਮਣ ਦਾ ਨਾਸ਼ ਧੋਖਾ ਖਾਦੇ ਲੋਕ ਸਾਨੂੰ ਇੱਕ ਵਾਰ ਜ਼ਰੂਰ ਫੋਨ ਕਰਨ 81468-13896 81468-13896